ਚਮਕੀਲਾ ਸਾਹਿਬ ਦੇ ਵੀ ਤੁਸੀਂ ਬੜਾ ਉਹਨਾਂ ਨੂੰ ਨੇੜੇ ਹੋ ਕੇ ਸੁਣਿਆ, ਬਹੁਤ ਉਹ ਜਦੋਂ ਗਾਉਂਦੇ ਸੀਗੇ ਤੁਸੀਂ ਸਭ ਤੋਂ ਅਮੂਹਰੇ ਹੋ ਕੇ ਮੈਂ ਮੂਹਰੇ ਹੋ ਕੇ ਬੈਠ ਗਏ। ਸਹੀ ਹੈ, ਸਹੀ ਹੈ। ਸਵਾਲ ਮੇਰਾ ਇਹ ਹੈ ਕਿ ਤੁਸੀਂ ਦੋ ਦੌਰ ਇਹੋ ਜਿਹੇ ਦੇਖੇ ਨੇ ਹਾਂਜੀ ਜਿਨ੍ਹਾਂ ਨੂੰ ਦੋਨਾਂ ਫਨਕਾਰਾਂ ਨੂੰ ਗੋਲੀਆਂ ਨਾਲ ਲੈ ਗਏ, ਉਹ ਵੀ ਬਹੁਤ ਮਾੜਾ ਦੌਰ ਸੀ ਤੇ ਇਹ ਉਸ ਤੋਂ ਵੀ ਮਾੜਾ ਹੈ। ਸਮਾਂ ਉਹ ਵੀ ਚਮਕੀਲਾ ਸਾਹਿਬ ਵਾਸਤੇ ਬਹੁਤ ਮਾੜਾ ਸੀ, ਇਹ ਸਿੱਧੂ ਸਾਹਿਬ ਵਾਸਤੇ ਤੇ ਸਾਡੇ ਵਾਸਤੇ ਬਹੁਤ ਮਾੜਾ ਸੀ, ਕਿਉਂਕਿ ਨਹੀਂ ਸੀ ਹੋਣਾ ਚਾਹੀਦਾ ਇਹ, ਨਾ ਚਮਕੀਲਾ ਸਾਹਿਬ ਜਾਣੇ ਚਾਹੀਦੇ ਨਾ ਸਿੱਧੂ ਹੀ ਜਾਣਾ ਚਾਹੀਦਾ ਸੀ। ਇਹ ਚਲੋ ਮਰਨਾ ਜਿਉਣਾ ਮੈਂ ਪਹਿਲਾਂ ਦੱਸਿਆ ਸੱਚ ਹੈ, ਪਰ ਕੁਝ ਇਹ ਤਰੀਕੇ ਗਲਤ ਨੇ, ਇਹ ਮੌਤ ਦੇ ਨਾ ਇਹ ਤਰੀਕੇ ਆਈਡੀਏ ਗਲਤ ਸੀ ਵੀ ਇਸ ਤਰੀਕੇ ਨਾਲ ਨਹੀਂ ਮਰਨਾ ਚਾਹੀਦਾ। ਭੈਣ ਭਰਾ ਕਿਤੇ ਉਹ ਇਕੱਲੇ ਇਕੱਲੇ ਥੋੜ੍ਹਾ ਮਰੇ ਨੇ, ਕਿੰਨੀ ਜਨਤਾ ਚਮਕੀਲਾ ਸਾਹਿਬ ਨਾਲ ਮਰ ਗਈ, ਕਿੰਨੇ ਲੋਕ ਸਿੱਧੂ ਸਾਹਿਬ ਦੇ ਜਿਹੜੇ ਜਿਉਣ ਦੀਆਂ ਲਾਸ਼ਾਂ ਫਿਰਦੇ ਆ, ਇਹ ਪਤਾ ਹੀ ਨਹੀਂ। ਬਹੁਤ ਕੁਛ ਨਾਲ ਸਾਹਿਬ ਜੀ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਦੇ ਨਾਲ ਡਿਊਟ ਗਾਇਕੀ ਦਾ ਇੱਕ ਵਾਰੀ ਦੌਰ ਖਤਮ ਹੋ ਗਿਆ ਜੀ, ਉਹ ਇੱਕ ਮਿਸਾਲ ਸੀ। ਕਿੰਨੇ ਪਰਿਵਾਰ ਉਹਨਾਂ ਦੇ ਨਾਲ ਜੁੜੇ ਸੀ, ਸਾਰੇ ਮਰੇ। ਦੇਖੋ ਜੋ ਚਮਕੀਲਾ ਸਾਹਿਬ ਦੀ ਸਟੋਰੀ ਸੀ ਨਾ, ਸੇਮ ਸਾਡੀ ਉਹ ਸੇਮ ਸਟੋਰੀ ਹੈ, ਜੇ ਕਈ ਅਗਲਾ ਕਹਿੰਦਾ ਜਾਣ ਕੇ ਕਰਦੇ ਆ ਯਾਰ, ਜਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੈ ਗਰੀਬੀ, ਗਰੀਬੀ ਉਹਨਾਂ ਦੇਖੀ, ਮੈਂ ਵੀ ਬਹੁਤ ਦੇਖੀ ਹੈ, ਉਹ ਵੀ ਮਿਹਨਤ ਮਜ਼ਦੂਰੀ ਕਰਦੇ ਰਹੇ, ਮੈਂ ਵੀ ਕਰਦਾ ਰਿਹਾ। ਉੱਧਰ ਵੀ ਅਮਰਜੋਤ ਜੀ ਦੀਆਂ ਦੋ ਭੈਣਾਂ, ਉਹ ਵੀ ਕਲਾਕਾਰ ਸੀ, ਇਹਨਾਂ ਦੀਆਂ ਵੀ ਦੋ ਸਿਸਟਰਾਂ ਦੋਨੇ ਕਲਾਕਾਰ, ਸਹੁਰਾ ਉਹਨਾਂ ਦਾ ਵੀ, ਸਾਲਾ ਸਾਹਿਬ ਗੱਡੀ ਚਲਾਉਂਦੇ ਰਹੇ ਚਮਕੀਲਾ ਸਾਹਿਬ ਨਾਲ, ਅਮਰਜੋਤ ਜੀ ਦੇ ਬ੍ਰਦਰ, ਇਹਨਾਂ ਦੇ ਬ੍ਰਦਰ ਵੀ ਸਾਡੇ ਫਰੀਦਕੋਟ ਏਰੀਏ ਦੇ, ਅਸੀਂ ਮੈਮ ਵੀ ਜ਼ਿਲ੍ਹਾ ਇਹਨਾਂ ਦੇ ਕੋਲ, ਰਾਤ ਨੂੰ 12 ਵਜੇ ਮੈਰਿਜ ਉਹਨਾਂ ਦੀ ਅਨੰਦ ਕਾਰਜ ਹੋਏ, 12 ਵਜੇ ਸਾਡੇ ਹੋਏ ਸੀ। ਅਸੀਂ ਇੱਕ ਵਿਆਹ 'ਤੇ ਸੱਦਿਆ ਚਮਕੀਲਾ ਸਾਹਿਬ ਨੂੰ, ਮੇਰੇ ਦੋਸਤ ਦੀ ਮੈਰਿਜ ਸੀ, ਛੋਟੇ ਛੋਟੇ ਸੀ ਅਸੀਂ ਤੇ ਇਹਨਾਂ ਕੋਲੋਂ ਤੂੰਬੇ ਦੀ ਤਾਰ ਖਤਮ ਹੋ ਗਈ ਉਸ ਦਿਨ ਚਮਕੀਲਾ ਸਾਹਿਬ ਕੋਲੋਂ, ਵੀ ਰੋਜ਼ ਤਾਂ ਸ਼ੋਅ ਹੁੰਦੇ ਸੀ, ਤਾਰ ਹੈ ਨਹੀਂ ਸੀ, ਤੂੰਬੇ ਦੀ ਭਾਲਦੇ ਫਿਰਦੇ ਨੇ, ਪਰਸ ਫੋਲਿਆ ਜੀ ਬੜਾ ਕੁਛ, ਮੇਰੇ ਸਾਹਮਣੇ ਬੈਠੇ ਦੀ ਮੇਰੀ ਨਜ਼ਰ ਸੀ, ਮੈਂ ਕਿਹਾ ਵੀ ਤਾਰ ਨਹੀਂ ਲੱਭ ਰਹੀ, ਮੇਰੀ ਜੇਬ 'ਚ ਸੀ ਗੁੱਛੀ ਤਾਰ ਦੀ, 10 ਰੁਪਈਆਂ ਦੀ ਆਉਂਦੀ ਹੁੰਦੀ ਉਹ ਗੁੱਛੀ, 3 ਕੁ ਵਾਰੀ ਪੈ ਜਾਂਦੀ ਉਹ ਤੂੰਬੇ ਦੀ, ਮੈਂ ਉਹ ਕੱਢ ਕੇ ਜੇਬ 'ਚ ਬਟੂਏ 'ਚ ਤੇ ਐਂ ਲਿਜਾ ਕੇ ਅੱਗੇ ਕਰਦੀ। ਚਮਕੀਲਾ ਸਾਹਿਬ ਦੇ ਵੀ ਤੁਸੀਂ ਬੜਾ ਉਹਨਾਂ ਨੂੰ ਨੇੜੇ ਹੋ ਕੇ ਸੁਣਿਆ, ਬਹੁਤ ਉਹ ਜਦੋਂ ਗਾਉਂਦੇ ਸੀਗੇ ਤੁਸੀਂ ਸਭ ਤੋਂ ਅਮੂਹਰੇ ਹੋ ਕੇ, ਮੈਂ ਅਮੂਹਰੇ ਹੋ ਕੇ ਬੈਠਦੇ। ਸਹੀ ਹੈ, ਸਹੀ ਹੈ। ਸਵਾਲ ਮੇਰਾ ਇਹ ਹੈ ਕਿ ਤੁਸੀਂ ਦੋ ਦੌਰ ਇਹੋ ਜਿਹੇ ਦੇਖੇ ਨੇ ਹਾਂਜੀ ਜਿਨ੍ਹਾਂ ਨੂੰ ਦੋਨਾਂ ਫਨਕਾਰਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ, ਚਮਕੀਲਾ ਸਾਹਿਬ ਤੇ ਸਿੱਧੂ ਹੋਣਾ ਦਾ। ਸਹੀ ਹੈ। ਤੁਸੀਂ 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 ਤਾਂ ਆਪਣੀ ਅੱਖੋਂ ਦੇਖੀ ਇੰਸੀਡੈਂਟ ਦੇਖਿਆ ਹੈ, ਚਲੋ ਚਮਕੀਲਾ ਸਾਹਿਬ ਦਾ ਤੁਸੀਂ ਨਹੀਂ ਦੇਖਿਆ, ਪਰ ਚਮਕੀਲਾ ਦੇਖਿਆ ਸਿੱਧੂ ਵਾਲਾ ਵੀ ਨਹੀਂ, ਪਰ ਤੁਸੀਂ ਉਸ ਸਮੇਂ 'ਚ ਸੀਗੇ, ਤੁਸੀਂ ਉਹਨਾਂ ਨੂੰ ਸੁਣਿਆ, ਸਿੱਧੂ ਦਾ ਵੀ ਤੁਹਾਡੀ ਜ਼ਿੰਦਗੀ 'ਚ ਬੜਾ ਵੱਡਾ ਯੋਗਦਾਨ ਹੈ, ਤੇ ਜਿਨ੍ਹਾਂ ਨੂੰ ਚਮਕੀਲਾ ਸਾਹਿਬ ਦੇ ਨੇੜੇ ਹੋ ਕੇ ਜਿਹੜੇ ਇਨਸਾਨ ਨੂੰ ਸੁਣਨ ਦਾ ਮੌਕਾ ਮਿਲ ਜਾਵੇ, ਉਸ ਤੋਂ ਵੱਡੀ ਗੱਲ ਵੀ ਕੋਈ ਨਹੀਂ ਭਾਈ ਚਮਕੀਲਾ, ਉਸ ਤੋਂ ਵੱਡੀ ਗੱਲ ਵੀ ਕੋਈ ਨਹੀਂ। ਇਹ ਦੋ ਦੌਰ ਜਿਹੜੇ ਤੁਸੀਂ ਪੁਰਾਣੇ ਤੇ ਅੱਜ ਦੇ ਦੇਖੇ ਨੇ, ਇਹਨਾਂ ਨੂੰ ਅਣਖੀਲਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ? ਉਹ ਵੀ ਬਹੁਤ ਮਾੜਾ ਦੌਰ ਸੀ ਤੇ ਇਹ ਉਸ ਤੋਂ ਵੀ ਮਾੜਾ ਹੈ। ਦੇਖੋ ਚਮਕੀਲਾ ਸਾਹਿਬ ਵੀ ਉਹਨਾਂ ਨੇ ਧਾਰਮਿਕ ਵੀ ਵਧੀਆ ਗਾਇਆ, ਚਲੋ ਆਪਾਂ ਉਸ ਗੱਲ 'ਤੇ ਤਾਂ ਨਾ ਜਾਈਏ, ਵੀ ਜਿਹਨੂੰ ਮਾੜਾ ਲੱਗਦਾ ਉਹਨੂੰ ਲੱਗਣਾ ਹੀ ਆ, ਜਿਹਨੂੰ ਚੰਗਾ ਲੱਗਦਾ ਉਹਨੂੰ ਲੱਗਣਾ। ਉਹਨੇ ਧਾਰਮਿਕ ਵੀ ਤਲਵਾਰ ਮੈਂ ਕਲਗੀ ਧਰਦੀ ਹਾਂ, ਕੰਧੇ ਸਰਹੰਦ ਦੀਏ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਉਹ ਤਾਂ ਜੋ ਮੈਂ ਪਹਿਲਾਂ ਦੱਸ ਕੇ ਡਿਆ ਵੀ ਜੋ ਉਹਨੂੰ ਚੰਗਾ ਲੱਗਦਾ ਉਹੀ ਹੋਣਾ। ਸਮਾਂ ਉਹ ਵੀ ਚਮਕੀਲਾ ਸਾਹਿਬ ਵਾਸਤੇ ਬਹੁਤ ਮਾੜਾ ਸੀ, ਇਹ ਸਿੱਧੂ ਸਾਹਿਬ ਵਾਸਤੇ ਤੇ ਸਾਡੇ ਵਾਸਤੇ ਬਹੁਤ ਮਾੜਾ ਸੀ, ਕਿਉਂਕਿ ਨਹੀਂ ਸੀ ਹੋਣਾ ਚਾਹੀਦਾ ਇਹ, ਨਾ ਚਮਕੀਲਾ ਸਾਹਿਬ ਜਾਣੇ ਚਾਹੀਦੇ ਨਾ ਸਿੱਧੂ ਹੀ ਜਾਣਾ ਚਾਹੀਦਾ ਸੀ। ਇਹ ਚਲੋ ਮਰਨਾ ਜਿਉਣਾ ਮੈਂ ਪਹਿਲਾਂ ਦੱਸਿਆ ਸੱਚ ਹੈ, ਪਰ ਕੁਝ ਇਹ ਤਰੀਕੇ ਗਲਤ ਨੇ, ਇਹ ਮੌਤ ਦੇ ਨਾ ਇਹ ਤਰੀਕੇ ਆਈਡੀਏ ਗਲਤ ਸੀ ਵੀ ਇਸ ਤਰੀਕੇ ਨਾਲ ਨਹੀਂ ਮਰਨਾ ਚਾਹੀਦਾ, ਕੋਈ ਵੀ ਨਹੀਂ ਮਰਨਾ ਚਾਹੀਦਾ, ਦੁਸ਼ਮਣ ਵੀ ਨਾ ਆਏ ਤਾਂ ਮਰੇ, ਜਿਵੇਂ ਇਹਨਾਂ ਨਾਲ ਹੋਈ ਹੈ। ਭੈਣ ਭਰਾ ਕਿਤੇ ਉਹ ਇਕੱਲੇ ਇਕੱਲੇ ਥੋੜ੍ਹਾ ਮਰੇ ਨੇ, ਕਿੰਨੀ ਜਨਤਾ ਚਮਕੀਲਾ ਸਾਹਿਬ ਨਾਲ ਮਰ ਗਈ, ਕਿੰਨੇ ਲੋਕ ਸਿੱਧੂ ਸਾਹਿਬ ਦੇ ਜਿਹੜੇ ਜਿਉਂਦੀਆਂ ਲਾਸ਼ਾਂ ਫਿਰਦੇ ਆ, ਇਹ ਪਤਾ ਹੀ ਨਹੀਂ। ਇਸ ਕਰਕੇ ਨਹੀਂ ਹੋਣਾ ਹੀ ਨਹੀਂ ਚਾਹੀਦਾ, ਇਹ ਤਾਂ ਕਦੇ ਵੀ ਹਰ ਜਿਹੜਾ ਦੁਨੀਆ ਦਾ ਬਹੁਤ ਕੁਛ ਨਾਲ ਲੈ ਗਿਆ। ਸਾਹਿਬ ਜੀ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਦੇ ਨਾਲ ਡਿਊਟ ਗਾਇਕੀ ਦਾ ਇੱਕ ਵਾਰੀ ਦੌਰ ਖਤਮ ਹੋ ਗਿਆ ਜੀ, ਉਹ ਇੱਕ ਮਿਸਾਲ ਸੀ। ਕਿੰਨੇ ਪਰਿਵਾਰ ਉਹਨਾਂ ਦੇ ਨਾਲ ਜੁੜੇ ਸੀ, ਸਾਰੇ ਮਰੇ।
ਡਿਊਟ ਗਾਇਕ ਪਤਾ ਲੱਗਦਾ ਵੀ ਇਹ ਇੱਕ ਦੂਜੇ ਲਈ ਬਣਿਆ। ਮੈਂ ਤਾਂ ਦੇਖ ਪਾਉਣਾ ਕਿ ਚਮਕੀਲਾ ਸਾਹਿਬ ਦੀ ਜਿਹੜੀ ਜੋੜੀਦਾਰ ਤੇ ਜਿਹੜੀ ਜ਼ਿੰਦਗੀ ਤੇ ਤੁਹਾਡੇ ਦੋਨਾਂ ਦੀ ਜ਼ਿੰਦਗੀ ਤੇ ਮੈਨੂੰ ਕਿਤੇ ਨਾ ਕਿਤੇ ਮੈਂ ਸਮਝ ਪਾਉਣਾ ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਜਦੋਂ ਜੋੜੀ ਬਣਦੀ ਸੀਗੀ ਕੋਈ ਜਿਹੜੀ ਨਾਲ ਫੀਮੇਲ ਉਹਨਾਂ ਦੀ ਗਾਉਂਦੀ ਸੀਗੀ ਉਹ ਵੀ ਨਹੀਂ ਟਿਕ ਪਾਈ ਤੇ ਉਸ ਤੋਂ ਬਾਅਦ ਟਿਕੇ ਅਮਰਜੋਤ ਤੇ ਉਵੇਂ ਅਣਖੀਲਾ ਸਾਹਿਬ ਦੀ ਜ਼ਿੰਦਗੀ 'ਚ ਤੁਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀਆਂ ਮਤਲਬ ਕਿ ਮੈਚ ਕਰਦੀਆਂ ਬਟ ਅਸੀਂ ਇਹਨਾਂ ਗੱਲਾਂ ਮੈਂ ਜ਼ਰੂਰ ਚਾਹੁੰਗਾ ਕਿ ਤੁਸੀਂ ਇੱਕ ਵਾਰ ਥੋੜਾ ਜਿਹਾ ਜ਼ਰੂਰ ਦੱਸੋ ਅਣਖੀਲਾ ਸਾਹਿਬ ਜਿਹੜਾ ਸਾਨੂੰ ਨਹੀਂ ਪਤਾ ਜਿਹੜਾ ਮੈਂ ਚਾਹੁੰਦਾ ਕਿ ਹਾਂ ਪਤਾ ਲੱਗੇ ਦੇਖੋ ਜੋ ਚਮਕੀਲਾ ਸਾਹਿਬ ਦੀ ਸਟੋਰੀ ਸੀ ਨਾ ਸੇਮ ਸਾਡੀ ਉਹ ਸੇਮ ਸਟੋਰੀ ਹੈ ਜੇ ਕਈ ਅਗਲਾ ਕਹਿੰਦਾ ਜਾਣ ਕੇ ਕਰਦੇ ਆ ਯਾਰ ਇਹ ਤਾਂ ਜਾਣ ਕੇ ਝੂਠ ਬੋਲਦੇ ਆ ਕੋਈ ਝੂਠ ਵਾਲੀ ਗੱਲ ਨਹੀਂ ਇਹ ਤੁਹਾਡਾ ਚੈਨਲ ਹੈ ਇੰਟਰਨੈਸ਼ਨਲ ਚੈਨਲ ਹੈ ਇਹਦੇ 'ਤੇ ਬੋਲ ਰਹੇ ਜਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੈ ਗਰੀਬੀ ਉਹਨਾਂ ਦੇਖੀ ਮੈਂ ਵੀ ਬਹੁਤ ਦੇਖੀ ਹੈ ਉਹ ਵੀ ਮਿਹਨਤ ਮਜ਼ਦੂਰੀ ਕਰਦੇ ਰਹੇ ਮੈਂ ਵੀ ਕਰਦਾ ਰਿਹਾ ਉੱਧਰ ਵੀ ਅਮਰਜੋਤ ਜੀ ਦੀਆਂ ਦੋ ਭੈਣਾਂ ਉਹ ਵੀ ਕਲਾਕਾਰ ਸੀ ਇਹਨਾਂ ਦੀਆਂ ਵੀ ਦੋ ਸਿਸਟਰਾਂ ਦੋਨੇ ਕਲਾਕਾਰ ਆ ਸਹੁਰਾ ਉਹਨਾਂ ਦਾ ਵੀ ਸਾਲਾ ਸਾਹਿਬ ਗੱਡੀ ਚਲਾਉਂਦੇ ਰਹੇ ਚਮਕੀਲਾ ਸਾਹਿਬ ਨਾਲ ਅਮਰਜੋਤ ਜੀ ਦੇ ਬ੍ਰਦਰ ਇਹਨਾਂ ਦੇ ਬ੍ਰਦਰ ਵੀ ਸਾਡੀ ਜ਼ਿਲ੍ਹਾ ਇਹਨਾਂ ਦਾ ਇੱਕੋ ਹੈ ਰਾਤ ਨੂੰ 12 ਵਜੇ ਮੈਰਿਜ ਉਹਨਾਂ ਦੀ ਆਨੰਦ ਕਾਰਜ ਹੋਏ 12 ਵਜੇ ਸਾਡੇ ਹੋ ਜੀ ਇਹ ਕਈ ਗੱਲਾਂ ਜੁੜਦੀਆਂ ਨੇ ਬਹੁਤ ਸਾਰੀਆਂ ਗੱਲਾਂ ਨੇ ਹੋਰ ਜਿਹੜੀਆਂ ਸੇਮ ਉਦਾਂ ਹੀ ਜਿੱਦਾਂ ਉਹਨਾਂ ਦੇ ਵੀ ਵਾਈਫ ਪਹਿਲਾਂ ਮੈਰਿਡ ਸੀ ਅਣਖੀਲਾ ਚਮਕੀਲਾ ਉਹਨਾਂ ਦੇ ਵੀ ਦੋ ਬੇਟੀਆਂ ਸੀ ਮੇਰੇ ਵੀ ਦੋ ਬੱਚੇ ਇਹਨਾਂ ਦੇ ਵੀ ਦੋ ਬੱਚੇ ਨੇ ਪਹਿਲਾਂ ਮੈਰਿਡ ਮੈਂ ਤਾਂ ਹੀ ਨਾ ਮੈਂ ਨਾ ਲਾਈਕ ਮੈਨੂੰ ਤੁਹਾਡੇ ਦੋਨਾਂ ਦਾ ਪਤਾ ਤਾਂ ਸੀਗਾ ਪਰ ਮੈਂ ਵੀ ਅਨਮੈਰਿਡ ਸੀ ਤੇ ਮੈਂ ਵੀ ਅਨਮੈਰਿਡ